ਹੈਲੋ एवरीवन ਅੱਜ ਆਪਾਂ ਜਿਹੜਾ ਹੈ ਕਲਾਈਮੇਟ ਜਿਹੜਾ ਹੈ ਕਲਾਈਮੇਟ ਦੇ ਬਾਰੇ ਪੜਨ ਜਾ ਰਹੇ ਹਾਂ ਜਿਹੜਾ ਕਿ ਨਵਾਂ ਟੋਪਿਕ ਹੈ ਇਸ ਦੇ ਵਿੱਚੋਂ ਜਿਹੜੇ ਹੈ ਬਹੁਤ ਸਾਰੇ ਜਿਹੜੇ ਕੁਐਸਚਨ ਹੈ ਉਹ ਪੁੱਛੇ ਜਾਂਦੇ ਨੇ ਪੰਜਾਬ ਪਟਵਾਰੀ ਦੇ ਵਿੱਚ ਤੇ ਉਸ ਦੇ ਨਾਲ ਨਾਲ ਹੀ ਆਪਾਂ ਜਿਹੜੇ ਜਿਹੜੇ ਇਨਸਟਰੂਮੈਂਟਸ ਜਿਹੜੇ ਹੁੰਦੇ ਨੇ ਉਹ ਕਿਹੜੇ ਕਿਸ ਵਾਸਤੇ ਜਿਹੜੇ ਵਰਤੇ ਜਾਂਦੇ ਨੇ ਯਾਨੀ ਕਿ ਕਿਹੜਾ ਮੀਟਰ ਜਿਹੜਾ ਕਿਸ ਵਾਸਤੇ ਵਰਤਿਆ ਜਾਂਦਾ ਹੈ ਜਿਵੇਂ ਹਵਾ ਦੀ ਜਿਹੜੀ ਹੈ ਉਹ ਗਤੀ ਨੂੰ ਜਿਹੜਾ ਮਾਪਣ ਲਈ ਕਿਹੜਾ ਜਿਹੜਾ ਮੀਟਰ ਵਰਤਿਆ ਜਾਂਦਾ ਹੈ ਜਾਂ ਫਿਰ ਹਵਾ ਦੀ ਜਿਹੜੀ ਦਿਸ਼ਾ ਹੈ ਉਸ ਨੂੰ ਜਿਹੜਾ ਮਾਪਣ ਲਈ ਉਹ ਕਿਹੜਾ ਮੀਟਰ ਵਰਤਿਆ ਜਾਂਦਾ ਹੈ ਇਹ ਅੱਜ ਆਪਾਂ ਸਾਰੇ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਫਰਸਟ ਸਭ ਤੋਂ ਪਹਿਲਾਂ ਇੱਕ ਕਲਾਈਮੇਟ ਹੈ ਕਲਾਈਮੇਟ ਕਲਾਈਮੇਟ ਜਿਹੜਾ ਵਰਡ ਹੈ ਇਹ ਜਿਵੇਂ ਮੌਸਮ ਇੱਕ ਤਰ੍ਹਾਂ ਦੇ ਕਹੋ ਕਿ ਮੌਸਮ ਯਾਨੀ ਕਿ ਮੌਸਮ ਜਿਹੜਾ 6 ਮਹੀਨਿਆਂ ਇਹ ਸਾਲ ਤੱਕ ਜਿਹੜਾ ਹੈ ਉਹ ਚੱਲਦਾ ਰਹਿੰਦਾ ਜਿਵੇਂ ਮੌਨਸੂਨ ਹਨਾ ਮੌਨਸੂਨ ਵਿంటర్ ਸੀਜ਼ਨ ਹੋ ਗਿਆ ਜਾਂ ਆਪਣਾ ਹੋ ਗਿਆ ਸਮਰ ਸੀਜ਼ਨ ਹਮਾ ਜਿਹੜੇ ਕਲਾਈਮੇਟ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਜਿਹੜਾ ਵੈਦਰ ਵੈਦਰ ਯਾਨੀ ਕਿ ਮੌਸਮ ਮੌਸਮ ਦੇ ਵਿੱਚ ਜਿਹੜਾ ਹੈ ਯਾਨੀ ਕਿ ਇਹ ਜਿਹੜਾ ਹੈ 2 ਮਿੰਟ 1 ਮਿੰਟ 2 ਮਿੰਟ ਦੇ ਵਿੱਚ ਜਿਹੜਾ ਮੌਸਮ ਕੁਝ ਹੋਰ ਹੋਊਗਾ 2 ਮਿੰਟ ਤੋਂ ਬਾਅਦ ਜਿਹੜਾ ਮੌਸਮ ਕੁਝ ਹੋਰ ਜਿਹੜਾ ਕਿ ਸਟੇਬਲ ਨਹੀਂ ਹੈ ਜਿਹੜਾ ਕਿ ਸਥਿਰ ਨਹੀਂ ਹੈ ਉਹ ਜਿਹੜਾ ਬਦਲਦਾ ਰਹਿੰਦਾ ਉਸ ਨੂੰ ਆਪਾਂ ਮੌਸਮ ਕਹਿ ਦਿੰਦੇ ਹਾਂ ਯਾਨੀ ਕਿ ਅ ਸਟੇਟ ਔਰ ਕੰਡੀਸ਼ਨ ਔਫ ਐਟਮੋਸਫੀਅਰ ਐਟ ਅ ギਵਨ ਪਲੇਸ ਐਟ ਐਂਡ ਐਟ ਅ ギਵਨ ਟਾਈਮ ਜਿਹੜਾ ਕਿ ਇੱਕ ਜਗ੍ਹਾ ਤੇ ਹੋਰ ਹੋਊਗਾ ਤੇ ਉਹ ਇੱਕ ਜਿਹੜਾ ਹੈ ਟਾਈਮ ਤੇ ਹੋਰ ਹੋਊਗਾ ਜਿਵੇਂ ਆਪਾਂ ਸਟੇਟ ਤੋਂ ਸਟੇਟ ਜਿਹੜਾ ਜਾਣਦੇ ਹਾਂ ਤਾਂ ਜਿਹੜਾ ਉੱਥੋਂ ਦਾ ਟੈਂਪਰੇਚਰ ਜਿਹੜਾ ਕੀ ਵੈਦਰ ਮੋਸ ਜਿਹੜਾ ਮੌਸਮ ਹੋਊਗਾ ਉਹ ਹੋਰ ਹੋਊਗਾ ਤੇ ਅੱਗੇ ਜਿਹੜਾ ਜਿੱਥੇ ਆਪਾਂ ਸਟੇਟ ਜਾਵਾਂਗੇ ਉਹ ਹੋਰ ਮੌਸਮ ਹੋਊਗਾ ਇਸ ਤੋਂ ਬਾਅਦ ਜਿਹੜਾ ਹੈ ਐਟਮੋਸਫੀਅਰ ਐਟਮੋਸਫੀਅਰ ਜਿਹੜੀ ਹੈ ਐਟਮੋਸਫੀਅਰ ਕਿਤੋਂ ਤੱਕ ਫੈਲੀ ਹੋਈ ਹੈ ਇਸ ਦੀ ਕਿਹੜੀ ਕਿਹੜੀ ਲੇਅਰਸ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ ਜਿਹੜੀ ਐਟਮੋਸਫੀਅਰ ਲੇਅਰ ਹੈ ਇਹ ਅਤੇ ਜਿਹੜੀ ਧਰਤੀ ਦੀ ਸਤ੍ਹਾ ਤੋਂ ਯਾਨੀ ਕਿ ਧਰਤੀ ਤੋਂ ਲੈ ਧਰਤੀ ਤੋਂ 16 ਕਿਲੋਮੀਟਰ ਤੱਕ ਇਹ ਫੈਲੀ ਹੋਈ ਹੈ ਚਾਈ ਤੱਕ ਉਸ ਤੋਂ ਅੱਗੇ ਹੈ ਜੀ ਜਿਹੜੀ ਐਟਮੋਸਫੀਅਰਸ ਦੀਆਂ ਜਿਹੜੀਆਂ ਕਿਹੜੀ ਕਿਹੜੀ ਲੇਅਰਸ ਨੇ ਸਭ ਤੋਂ ਪਹਿਲੀ ਲੇਅਰ ਹੈ ਟ੍ਰੋਪੋਸਫੀਅਰ ਟ੍ਰੋਪੋਸਫੀਅਰ ਜਿਹੜੀ ਹੈ ਇਹ ਸਬ ਐਟਮੋਸਫੀਅਰ ਦੀ ਜਿਹੜੀ ਹੈ ਲੋਅਰ ਲੇਅਰ ਹੈ ਯਾਨੀ ਕਿ ਥੱਲੇ ਦੀ ਲੇਅਰ ਹੈ ਇਸ ਤੋਂ ਜਿਹੜੀ ਇਹ ਕਿੱਥੋਂ ਤੱਕ ਫੈਲੀ ਹੋਈ ਹੈ ਇਹ ਹਾਈਟ ਇਹਦੀ ਹੈ 8 ਤੋਂ 18 ਕਿਲੋਮੀਟਰ ਹੈ ਯਾਨੀ ਕਿ ਅਰਥ ਸਰਫੇਸ ਤੋਂ 8 ਤੋਂ 18 ਕਿਲੋਮੀਟਰ ਦੇ ਵਿੱਚ ਜਿਹੜੀ ਹੈ ਇਹ ਫੈਲੀ ਹੋਈ ਹੈ ਉਸ ਤੋਂ ਅੱਗੇ ਹੈ ਸਟੈਟੋਸਫੀਅਰ ਸਟੈਟੋਸਫੀਅਰ ਜਿਹੜੀ ਹੈ ਉਹ 8 8 ਤੋਂ 18 ਕਿਲੋਮੀਟਰ ਤੋਂ ਲੈ ਕੇ ਤੇ 50 ਕਿਲੋਮੀਟਰ ਤੱਕ ਜਿਹੜੀ ਹੈ ਉਹ ਫੈਲੀ ਹੋਈ ਹੈ ਇਹ ਜਿਹੜੀ ਸਟੈਟੋਸਫੀਅਰ ਹੈ ਇਹ ਸਭ ਤੋਂ ਜਿਹੜੀ ਹੈ ਗਰਮ ਜਿਹੜੀ ਲੇਅਰ ਹੈ ਤੇ ਐਟਮੋਸਫੀਅਰ ਦੀ ਤੇ ਇੱਥੇ ਜਿਹੜਾ ਹੈ ਟੈਂਪਰੇਚਰ ਜਿਹੜਾ ਉਹ ਯੂਨੀਫਾਰਮ ਯਾਨੀ ਕਿ ਸਥਿਰ ਰਹਿੰਦਾ ਹੈ ਇੱਥੇ ਜਿਹੜਾ ਟੈਂਪਰੇਚਰ ਉਹ ਬਦਲਦਾ ਨਹੀਂ ਤੇ ਉਸ ਤੋਂ ਅਗਲੀ ਜਿਹੜੀ ਲੇਅਰ ਹੈ ਉਹ ਦਾ ਨਾਮ ਹੈ ਮੀਸੋਸਫੀਅਰ ਮੀਸੋਸਫੀਅਰ ਯਾਨਕੀ ਜਿਹੜੀ ਲੇਅਰਸ ਦੇ ਵਿਚ ਦੋਨਾਂ ਲੇਅਰਸ ਦੇ ਜਿਹੜੀ ਹੈ ਵਿਚਕਾਰ ਹੋਊਗੀ ਇਟਲਾਈਜ਼ ਅਬੋਵ ਦੀ ਯਾਨੀ ਸਟੈਟੋਸਫੀਅਰ ਦੇ ਜਿਹੜੀ ਹੈ ਉੱਤੇ ਹੋਊਗੀ ਤੇ ਜਿਹੜੀ ਹੈ ਟਰੋਪੋਸਫੀਅਰ ਦੇ ਜਿਹੜੀ ਹੈ ਥੱਲੇ ਥੱਲੇ ਹੋਊਗੀ ਆ ਹਾਈਟ ਆਫ 50 ਕਿਲੋਮੀਟਰ ਜਿਹੜੀ 50 ਕਿਲੋਮੀਟਰ ਤੋਂ ਲੈ 50 ਕਿਲੋਮੀਟਰ ਤੋਂ ਅਬੋਵ ਜਿਹੜੀ ਹੈ तक, 50 ਕਿਲੋਮੀਟਰ ਤੋਂ ਉੱਪਰ ਯਾਨੀ ਕਿ 80 ਕਿਲੋਮੀਟਰ ਤੱਕ 50 ਤੋਂ 80 ਕਿਲੋਮੀਟਰ ਤੱਕ ਜਿਹੜੀ ਹੈ ਇਹ ਲੇਅਰ ਮੀਸੋਸਫੀਅਰ ਜਿਹੜੀ ਹੈ ਫੈਲੀ ਹੋਈ ਹੈ ਉਸ ਤੋਂ ਅੱਗੇ ਥਰਮੋਸਫੀਅਰ ਥਰਮੋਸਫੀਅਰ ਜਿਹੜੀ ਹੈ ਆਊਟਰ ਲੇ ਆਊਟਰ ਮੋਸਟ ਯਾਨੀ ਕਿ ਜਿਹੜੀ ਹੈ ਇਹ ਜਿਹੜੀ ਐਟਮੋਸਫੀਅਰ ਦੀ ਆਊਟਰ ਮੋਸਟ ਲੇਅਰ ਜਿਹੜੀ ਆਪਾਂ ਕਹਿੰਦੇ ਹਾਂ ਯਾਨੀ ਕਿ ਬਾਹਰਲੀ ਸਤਹ ਜਿਹੜੀ ਹੈ ਉਹ ਉਸ ਨੂੰ ਆਪਾਂ ਥਰਮੋਸਫੀਅਰ ਕਹਿੰਦੇ ਹਾਂ ਇਸ ਨੂੰ ਆਪਾਂ ਐਕਜ਼ੋਸਫੀਅਰ ਵੀ ਕਹਿੰਦੇ ਹਾਂ ਜਿਹੜੀ ਹੈ ਇਹ ਲੇਅਰ 80 ਕਿਲੋਮੀਟਰ ਤੋਂ ਲੈ ਕੇ 1600 ਕਿਲੋਮੀਟਰ ਤੱਕ ਜਿਹੜੀ ਹੈ ਫੈਲੀ ਹੋਈ ਹੈ ਇਸ ਨੂੰ ਆਪਾਂ ਜਿਹੜੀ ਹੈ ਥਰਮੋਸਫੀਅਰ ਦੀ ਜਿਹੜੀ ਹੈ ਥਲੜੀ ਲੇਅਰ ਵੀ ਕਹਿ ਦਿੰਦੇ ਹਾਂ ਥਰਮੋਸਫੀਅਰ ਦੀ ਜਿਹੜੀ ਥਲੜੀ ਲੇਅਰ ਨੂੰ ਆਪਾਂ ਆਇਨੋਸਫੀਅਰ ਕਹਿ ਦਿੰਦੇ ਹਾਂ ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਜਿਹੜਾ ਸਨ ਹੈ ਇਹਦੀ ਰੇਜ਼ ਜਿਹੜੀਆਂ ਆ ਰਹੀਆਂ ਨੇ ਜੈਨਕੀ ਸੋਲ ਰੇਡੀਏਸ਼ਨ ਜਿਹੜੀ ਆ ਰਹੀ ਹੈ ਇਹ ਜਿਹੜੀ ਓਜ਼ੋਨ ਲੇਅਰ ਹੈ ਇਹ ਉਹ ਨੂੰ ਜਿਹੜਾ ਹੈ ਯੂਵੀ ਰੇਡੀਏਸ਼ਨ ਜਿਹੜੀ ਅਲਟਰਾਵੋਇਲਟ ਜਿਹੜੀ ਰੇਡੀਏਸ਼ਨਸ ਹੁੰਦੀਆਂ ਨੇ ਜਿਹੜੀ ਹਾਨੀਕਾਰਕ ਜਿਹੜੀ ਕਿਰਨਾਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਹੈ ਵਾਪਸ ਭੇਜ ਦਿੰਦਾ ਹੈ ਤੇ ਜਿਹੜੀਆਂ ਯੂਸਫੁਲ ਯਾਨੀ ਕਿ ਜਿਹੜੀਆਂ ਜਿਨ੍ਹਾਂ ਦੀ ਲੋੜ ਹੁੰਦੀ ਹੈ ਜਿਹਨਾਂ ਕਿਰਨਾਂ ਦੀ ਉਹ ਜਿਹੜੀ ਹੈ ਧਰਤੀ ਤੇ ਪਹੁੰਚਦੀਆਂ ਨੇ ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਇਹ ਜਿਹੜੀ ਧਰਤੀ ਦਿਖਾਈ ਗਈ ਹੈ ਇਸ ਤੋਂ ਅੱਗੇ ਉਸ ਤੋਂ ਧਰਤੀ ਤੋਂ ਉੱਤੇ ਜਿਹੜੀ ਹੈ ਟਰੋਪੋਸਫੀਅਰ ਜਿਹੜੀ ਲੇਅਰ ਦਿਖਾਈ ਗਈ ਹੈ ਜਿਸ ਦੇ ਉੱਤੇ ਪੈਰਾਸ਼ੂਟ ਤੇ ਯਾਨੀ ਕਿ 에어로ਪਲੇਨ ਇੱਥੇ ਜਿਹੜਿਆ ਉੱਡ ਸਕਦੇ ਨੇ ਉਸ ਤੋਂ ਬਾਅਦ ਜਿਹੜੀ ਹੈ ਓਜ਼ੋਨ ਓਜ਼ੋਨ ਲੇਅਰ ਇਹ ਜਿਹੜੀ ਟਰੋਪੋਸਫੀਅਰ ਤੋਂ ਉੱਤੇ ਜਿਹੜੀ ਲੇਅਰ ਦਿਖਾਈ ਹੈ ਇਹ ਓਜ਼ੋਨ ਲੇਅਰ ਦਿਖਾਈ ਗਈ ਹੈ ਜਿਹੜੀ ਕਿ ਹానిਕਰਕ ਜਿਹੜੀ ਹੈ ਕਿਰਨਾਂ ਤੋਂ ਕਰਤੀ ਤੇ ਹੁੰਦੀ ਹੈ ਜਿਹੜੀ ਹੈ ਰੋਕਦੀ ਹੈ ਇਸ ਜਿਹੜੀ ओਜ਼ੋਨ ਲਈ ਯਾਨੀ ਕਿ ਸਟੈਟੋਸਫੀਅਰ ਦੇ ਜਿਹੜੀ ਟ੍ਰੋਪੋਸਫੀਅਰ ਤੇ ਸਟੈਟੋਸਫੀਅਰ ਦੇ ਵਿਚਕਾਰ ਜਿਹੜੀ ਲੇਅਰ ਹੈ ਉਹ ओਜ਼ੋਨ ਲੇਅਰ ਹੈ ਤੇ ਇਸ ਦੇ ਵਿੱਚ ਜਿਹੜੀ ਹੈ 에ਰੋਪਲੇਨ ਯਾਨੀ ਕਿ ਰਾਕਟਸ ਵਗੈਰਾ ਜਿਹੜੀਆਂ ਉੜ ਸਕਦੀਆਂ ਨੇ ਇਸ ਤੋਂ ਅੱਗੇ ਹੈ ਸਟੈਟੋਸਫੀਅਰ ਤੋਂ ਬਾਅਦ ਮੀਸੋਸਫੀਅਰ ਲੇਅਰ ਮੀਸੋਸਫੀਅਰ ਲੇਅਰ ਹੈ ਉਸ ਤੋਂ ਬਾਅਦ ਥਰਮੋਸਫੀਅਰ ਹੈ ਉਸ ਤੋਂ ਬਾਅਦ ਐਕਸੋਸਫੀਅਰ ਹੈ ਤੁਸੀਂ ਇਸ ਪਿਕਚਰ ਦੇ ਵਿੱਚ ਜਿਹੜੀ ਸਾਰੀਆਂ ਜਿਹੜੀਆਂ ਲੇਅਰਸ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਐਟਮੋਸਫੀਅਰ ਦੇ ਵਿੱਚ ਕਿਹੜੀ ਕਿਹੜੀ ਗੈਸਿਸ ਨੇ ਤੇ ਉਹਨਾਂ ਦਾ ਕਿੰਨਾ ਕਿੰਨਾ ਪਰਸੈਂਟੇਜ ਹੈ ਜਿਹੜਾ ਐਟਮੋਸਫੀਅਰ ਦੇ ਵਿੱਚ ਪਾਇਆ ਜਾਂਦਾ ਹੈ ਸਭ ਤੋਂ ਪਹਿਲੀ ਹੈ ਜੀ ਨਾਈਟ੍ਰੋਜਨ ਨਾਈਟ੍ਰੋਜਨ ਜਿਹੜੀ ਹੈ 78.08% ਜਿਹੜੀ ਹੈ ਐਟਮੋਸਫੀਅਰ ਦੇ ਵਿੱਚ ਪਾਈ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਆਕਸੀਜਨ ਆਕਸੀਜਨ ਜਿਹੜੀ ਹੈ 20.95 ਆਰਾਊਂਡ ਆਪ ਆਰਾਊਂਡ ਅਬਾਟ 21 ਪਰਸੈਂਟ ਆਪਾਂ ਕਹਿ ਸਕਦੇ ਹਾਂ ਕਿ 21% ਜਿਹੜੀ ਆਕਸੀਜਨ ਦਾ ਐਟਮੋਸਫੇਅਰ ਦੇ ਵਿੱਚ ਪਾਈ ਜਾਂਦੀ ਹੈ ਉਸ ਤੋਂ ਅੱਗੇ ਗੱਲ ਕਰਦੇ ਹਾਂ ਆਰਗਨ ਜਿਹੜੀ ਹੈ 0.93 ਜਿਹੜੀ ਪਰਸੈਂਟ ਉਹ ਪਾਈ ਜਾਂਦੀ ਹੈ ਇਸ ਤੋਂ ਅੱਗੇ ਕਾਰਬਨ ਡਾਈਆਕਸਾਈਡ ਉਹ 0.03% ਜਿਹੜੀ ਹੈ ਐਟਮੋਸਫੇਅਰ ਦੇ ਵਿੱਚ ਗੈਸਿਸ ਜਿਹੜੀਆਂ ਪਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੀਏਆਰ ਪੀਏਆਰ ਦੀ ਫੁੱਲ ਫਾਰਮ ਫੋਟੋਸਿੰਥੈਟਿਕ ਐਕਟਿਵ ਰੇਡੀਏਸ਼ਨ ਪੇਪਰ ਦੇ ਵਿੱਚ ਸਿਰਫ ਇਹ ਨਹੀਂ ਪੁੱਛਿਆ ਜਾ ਸਕਦਾ ਹੈ ਕਿ what is the form full form of photosynthetic active radiations ਇਸ ਤੋਂ ਅੱਗੇ ਐਲਬੀਡੋ 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 ਇਹ ਰੇਸ਼ਿਓ ਹੁੰਦੀ ਹੈ ਨੇ ਜਿਵੇਂ ਜਿਹਨੀਆਂ ਰੇਡੀਏਸ਼ਨਸ ਆਈਆਂ ਨੇ ਤੇ ਜਿਹਨੀਆਂ ਰੇਡੀਏਸ਼ਨਸ ਗਈਆਂ ਨੇ ਇਹਨਾਂ ਦੋਨਾਂ ਦੀ ਜਿਹੜੀ ਰੇਸ਼ਿਓ ਇਹਨੂੰ ਐਲਬੀਡੋ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਜਿਹੜਾ ਹੈ ਐਬਸੋਲਿਊਟ ਹਿਊਮਿਡਿਟੀ ਐਬਸੋਲਿਊਟ ਹਿਮੀਡੀਟੀ ਦੇ ਇਸਤੇ ਯੂਨਿਟ ਹੈ ਨੇ ਗ੍ਰਾਮ ਪਰ ਮੀਟਰ ਕਯੂਬ ਤੇ ਸਪੈਸੀਫਿਕ ਹਿਮੀਡੀਟੀ ਯਾਨੀ ਕਿ ਇਹ ਨਮੀ ਦੇ ਨਾਲ ਜਿਹੜੇ ਹੈ ਰਿਲੇਟਡ ਟਰਮਸ ਨੇ ਤੇ ਸਪੈਸੀਫਿਕ ਹਿਮੀਡੀਟੀ ਦੇ ਜਿਹੜੇ ਯੂਨਿਟਸ ਨੇ ਉਹ ਗ੍ਰਾਮ ਪਰ ਕੇਜੀ ਨੇ ਉਸ ਤੋਂ ਬਾਅਦ ਕਿਹੜੀ ਕਿਹੜੀ ਫਾਰਮਸ ਹੁੰਦੀ ਹੈ ਪ੍ਰੈਸੀਪਿਟੇਸ਼ਨ ਯਾਨੀ ਕਿ ਜਿਹੜੀ ਬੂੰਦਾਬੰਦੀ ਹੁੰਦੀ ਹੈ ਇਹਨਾਂ ਦੀ ਕਿਹੜੀ ਕਿਹੜੀ ਫਾਰਮਸ ਹੁੰਦੀ ਹੈ ਯਾਨੀ ਕਿ ਬਾਰਿਸ਼ ਉਹਨਾਂ ਦੀ ਕੀਮਤ ਕਿੰਨੀ ਐਮ ਐਮ ਜਿਹੜੀ ਹੈ ਬੂੰਦ ਹੁੰਦੀ ਹੈ ਇਹ ਸਾਰੀ ਐਪੈਸੀਵਿਟੀ ਦੇ ਵਿੱਚ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾ ਹੈ ਰੇਨ ਰੇਨ ਯਾਨੀ ਕਿ بارش بارش ਦੇ ਵਿੱਚ ਜਿਹੜੇ ਡ੍ਰੋਪਸ ਹੁੰਦੀਆਂ ਉਹ ਗ੍ਰੇਟਰ ਥੈਨ 0.5 ਤੋਂ ਲੈ ਕੇ 6 mm ਤੋਂ ਜ਼ਿਆਦਾ ਹੁੰਦੀ ਹੈ ਯਾਨੀ ਕਿ ਡ੍ਰੋਪ ਜਿਹੜਾ ਸਾਈਜ਼ ਉਸ ਤੋਂ ਬਾਅਦ ਹੈ ਡ੍ਰੀਜ਼ਲ ਡ੍ਰੀਜ਼ਲ ਆਪਾਂ ਜਿਵੇਂ ਆਪਾਂ ਕਹਿੰਦੇ ਆ ਡ੍ਰੀਜ਼ਲਿੰਗ ਹੋ ਰਹੀ ਹੈ ਟੂਡੇ ਇਟਸ ਡ੍ਰੀਜ਼ਲਿੰਗ ਇਹਦੇ ਵਿੱਚ ਜਿਹੜੀ ਹੈ ਡ੍ਰੋਪਸ ਉਹ ਲੈਸ ਥੈਨ ਹੁੰਦੀ ਹੈ 0.5 mm ਤੋਂ ਉਸ ਤੋਂ ਅਗੇ ਸਨੋ ਸਨੋ ਜਿਹੜੀ ਹੈ ਆਈਸ ਕ੍ਰਿਸਟਲਜ਼ ਹੁੰਦੀ ਹੈ ਜਿਹੜੀ ਹੈ ਸਬਲੀਮੇਸ਼ਨ ਤੋਂ ਬਣਦੀਆਂ ਹੈ उस तो बग उस अगे तो है ड्यू ड्यू जड़ी है मोइस्चर कंडेंस जड़ी समाल ड्रोप्स होंगे यानी कि कूलसर यानी कि जिथे छोटी छोटी ड्रॉप्स यानी कि चिट्टे रंग की जड़ी जम जाती है उस तो आप ड्यू कह दें उस अगे तो है फ्रोस्ट फ्रोस्ट यानी कि जी है आ, कोरा कह दें या जी है धुंध तुंध तो वैसे समोक एंड फोक होंगी है पर जी फरोस्ट है इनकू आप तरह कोहरा कह सकते हैं जिथे जी है ਬਰਫ ਜੰਮ ਜਾਂਦੀ ਹੈ ਅਫੀਦਰੀ ਡਿਪੋਜ਼ਿਟਸ ਆਫ ਆਈਸ ਯਾਨੀ ਕਿ ਜਿੱਥੇ ਬਰਫ ਬਰਫ ਜਿਹੜੀ ਜਿਹੜੀ ਜੰਮੀ ਹੋਈ ਵਿਖਿਓਗੀ ਤੁਸੀਂ ਸੜਕਾਂ ਦੇ ਕਿਨਾਰੇ ਸਰਦੀਆਂ ਦੇ ਵਿੱਚ ਉਸ ਨੂੰ ਆਪਾਂ ਫਰੋਸਟ ਕਹਿ ਦਿੰਦੇ ਹਾਂ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਫੋਗ ਫੋਗ ਕੀ ਹੁੰਦਾ ਹੈ ਯਾਨੀ ਕਿ ਇਹ ਫੋਗ ਜਿਹੜਾ ਹੈ ਕਲਾਊਡ ਯਾਨੀ ਕਿ ਥਿਨ ਕਲਾਊਡ ਹੁੰਦਾ ਹੈ ਜਿਹੜਾ ਹੈ ਉਹ ਦਾ ਸਾਈਜ਼ ਵੈਰੀ ਕਰਦਾ ਰਹਿੰਦਾ ਹੈ ਉਸ ਤੋਂ ਬਾਅਦ ਮਿਸਟ मिस्ट ਹੁੰਦਾ ਜਿਹੜੀ ਬਿਲਕੁਲ ਥਿੰਡ ਫੋਗ ਹੁੰਦੀ ਹੈ ਉਸ ਨੂੰ ਆਪਾਂ ਮਿਸਟ ਕਹਿ ਦਿੰਦੇ ਹਾਂ ਤੁਸੀਂ ਇਸ ਜਿਹੜੀ ਹੈ ਟਰਮਸ ਜਿਹੜੀਆਂ ਹੈ ਇਹ ਯਾਦ ਕਰ ਲੈਣੀ ਹੈ ਤੁਸੀਂ ਇੱਕ ਜਿਹੜੀ ਆ ਇੰਪੋਰਟੈਂਟ ਜਿਹੜੀ ਟਰਮਸ ਹੈ ਉਸ ਤੋਂ ਬਾਅਦ ਜਿਹੜੀ ਆ ਇਹ ਦੋ ਟਰਮਸ ਜਿਹੜੀਆਂ ਹੈ ਇੰਪੋਰਟੈਂਟ ਨੇ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਹੈ ਅੱਗੇ ਆਪਾਂ ਜਾਣਦੇ ਹਾਂ ਕਿ ਕਿਹੜੇ-ਕਿਹੜੇ ਇਨਸਟਰੂਮੈਂਟਸ ਨੇ ਜਿਨ੍ਹਾਂ ਦਾ ਆਪਾਂ ਯੂਜ਼ ਕਰ ਜਿਨ੍ਹਾਂ ਦਾ ਯੂਜ਼ ਕੀਤਾ ਜਾਂਦਾ ਹੈ ਪਹਿਲਾ ਇਨਸਟਰੂਮੈਂਟ ਹੈ ਅਲਟੀਮੀਟਰ ਅਲਟੀਮੀਟਰ ਦਾ ਜਿਹੜਾ ਵਰਤੋਂ ਉਹ ਹਾਈਟ ਨੂੰ ਜਿਹੜੇ ਆਮ ਆਪਣ ਵਾਸਤੇ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਐਨਿਰੋਇਡ ਬੈਰੋਮੀਟਰ ਬੈਰੋਮੀਟਰ ਜਿਹੜਾ ਹੈ ਐਟਮੋਸਫੇਰਿਕ ਪ੍ਰੈਸ਼ਰ ਯਾਨੀ ਕਿ ਕਿੰਨਾ ਐਟਮੋਸਫੇਰ ਦੇ ਵਿੱਚ ਜਿਹੜਾ ਹੈ ਪ੍ਰੈਸ਼ਰ ਹੁੰਦਾ ਹੈ ਉਸ ਨੂੰ ਜਿਹੜਾ ਆਮ ਆਪਣ ਲਈ ਬੈਰੋਮੀਟਰ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਐਨਿਮੋਮੀਟਰ ਐਨਿਮੋਮੀਟਰ ਜਿਹੜੀ ਹੈ ਹਵਾ ਦੀ ਜਿਹੜੀ ਸਪੀਡ ਹੈ ਯਾਨੀ ਕਿ ਹਵਾ ਦੀ ਜਿਹੜੀ ਗਤੀ ਹੈ ਉਸ ਨੂੰ ਜਿਹੜਾ ਆਮ ਆਪਣ ਲਈ ਵਰਤੇ ਜਾਂਦਾ ਹੈ ਹਵਾ ਦੀ ਜਿਹੜੀ ਗਤੀ ਨੂੰ ਇਹਦੇ ਵਿੱਚ ਇਹਨੂੰ ਆਪਾਂ ਕੱਪ ਐਨਿਮੋਮੀਟਰ ਵੀ ਕਹਿ ਦਿੰਦੇ ਹਾਂ ਯਾਨੀ ਕਿ ਇਹ ਜਿਹੜੇ ਹੈ ਗੋਲ ਚੱਕਰ ਦੇ ਜਿਹੜੇ ਲੱਗੇ ਹੋਏ ਹੁੰਦੇ ਨੇ ਤੁਸੀਂ ਵੇਖਿਆ ਹੋਊਗਾ ਇਸ ਤਰ੍ਹਾਂ ਦਾ ਜਿਹੜੀ ਸਟਰਕਚਰ ਹੁੰਦੀ ਹੈ ਇਹਨਾਂ ਨੂੰ ਆਪਾਂ ਕਪਾਨੀਮੋਮੀਟਰ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਹੈ ਕ੍ਰਿਸਕੋਗ੍ਰਾਫ ਕ੍ਰਿਸਕੋਗ੍ਰਾਫ ਜਿਹੜੀ ਹੈ ਇਹ ਪਲਾਂਟ ਦੇ ਵਿੱਚ ਕਿੰਨੀ ਗਰੋਥ ਹੋਈ ਹੈ ਉਸ ਨੂੰ ਜਿਹੜਾ ਮਾਪਣ ਲਈ ਵਰਤਿਆ ਜਾਂਦਾ ਹੈ ਇਸ ਤੋਂ ਬਾਅਦ ਹੈ ਡਾਇਨੋਮੀਟਰ ਡਾਇਨੋਮੀਟਰ ਜਿਹੜੀ ਹੈ ਮੈਕੈਨੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਕਰਨ ਲਈ ਵਰਤੇ ਜਾਂਦਾ ਹੈ ਉਸ ਤੋਂ ਬਾਅਦ ਆ ਕੈਂਪਲ ਸਟੋਕ ਕੈਂਪਲ ਸਟੋਕ ਜਿਹੜੀ ਹੈ ਕਿੰਨੀ ਜਿਹੜੀ ਸੰਸ਼ੈਨ ਯਾਨੀ ਕਿ ਕਿੰਨੀ ਜਿਹੜੀ ਤੁੱਪ ਪਈ ਹੈ ਅੱਜ ਜਾਂ ਅ ਅੱਜ ਯਾਨੀ ਕਿ ਪੂਰੇ ਦਿਨ ਦੇ ਵਿੱਚ ਜਿਹੜੀ ਹੈ ਕਿੰਨੀ ਤੁੱਪ ਪਈ ਹੈ ਉਸ ਨੂੰ ਜਿਹੜਾ ਵਰਤਣ ਲਈ ਉਹ ਉਸ ਇਨਸਟਰੂਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਨਾਮ ਹੈ ਕੈਂਪਲ ਸਟੋਕ ਉਸ ਤੋਂ ਅੱਗੇ ECG ECG ਤੁਸੀਂ ਸਾਰੇ ਨੇ ਸੁਣਿਆ ਹੋਗਾ ਇਲੈਕਟ੍ਰੋਕਾਰਡੀਓਗ੍ਰਾਫ ਇਲੈਕਟ੍ਰੋਕਾਰਡੀਓਗ੍ਰਾਫ ਜਿਹੜੀ ਹੈ ਦਿਲ ਦੀ ਜਿਹੜੀ ਮੂਵਮੈਂਟ ਯਾਨੀ ਕਿ ਦਿਲ ਦੀ ਜਿਹੜੀ ਹਿਲਜੁਲ ਹੈ ਉਸ ਨੂੰ ਅ ਅ ਜਿਹੜਾ ਮਾਪਣ ਲਈ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਹੈ ਵਿੰਡ ਵੇਨ ਵਿੰਡ ਵੇਨ ਯਾਨੀ ਕਿ ਹਵਾ ਦੀ ਜਿਹੜੀ ਦਿਸ਼ਾ ਨੂੰ ਹਵਾ ਦੀ ਜਿਹੜੀ ਦਿਸ਼ਾ ਨੂੰ ਜਿਹੜਾ ਮਾਪਣ ਲਈ ਉਹ ਵਿੰਡ ਵੇਨ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੈ ਟੈਂਸ਼ਨੋਮੀਟਰ ਟੈਂਸ਼ਨੋਮੀਟਰ ਜਿਹੜਾ ਹੈ ਸੋਇਲ ਮੋਇਸਚਰ ਟੈਂਸ਼ਨ ਯਾਨੀ ਕਿ ਹਵਾ ਸੋਇਲ ਦੇ ਵਿੱਚ ਜਿਹੜੀ ਹੈ ਉਹ ਕਿੰਨੀ ਨਮੀ ਹੈ ਉਸ ਨੂੰ ਜਿਹੜਾ ਹੈ ਮਾਪਣ ਲਈ ਟੈਂਸ਼ਨੋਮੀਟਰ ਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਹੈ ਗਲਵੈਨੋਮੀਟਰ ਗਲਵੈਨੋਮੀਟਰ ਦੀ ਵਰਤੋਂ ਜਿਹੜੀ ਹੈ ਇਲੈਕਟ੍ਰਿਕ ਕਰੰਟ ਯਾਨੀ ਕਿ ਕਰੰਟ ਕਿੰਨਾ ਪਾਸ ਹੋ ਰਿਹਾ ਉਸ ਦੀ ਜਿਹੜੀ ਹੈ ਮਾਪਣ ਲਈ ਗਲਾਨੋਮੀਟਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੈ ਹਾਈਡਰੋਮੀਟਰ ਹਾਈਡਰੋਮੀਟਰ ਤੁਸੀਂ ਇਸ ਵਰਡ ਤੋਂ ਹੀ ਦੇਖ ਰਹੇ ਹੋ ਕਿ ਹਾਈਡਰੋ ਮੀਨਸ ਹੁੰਦਾ ਹੈ ਵਾਟਰ ਯਾ ਲਿਕਵਿਡ ਜਿਹੜੀ ਹੈ ਲਿਕਵਿਡ ਦੀ ਜਿਹੜੀ ਕਿ ਕਿੰਨੀ ਡੈਂਸਿਟੀ ਹੈ ਉਹ ਕਿੰਨਾ ਗੜਾ ਹੈ ਉਸ ਦੀ ਜਿਹੜੀ ਵਰਤੋਂ ਉਸ ਦੀ ਜਿਹੜਾ ਮਾਪਣ ਲਈ ਹਾਈਡਰੋਮੀਟਰ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਅੱਗੇ ਹੈ ਹਾਈਗਰੋਮੀਟਰ ਹਾਈਗਰੋਮੀਟਰ ਯਾ ਸਾਈਕ ਕੋਮਿਟਰ ਇਹਨੂੰ ਕਹਿੰਦੇ ਨੇ ਸਾਈਕਰੋਮੀਟਰ ਇਸ ਦੀ ਜਿਹੜੀ ਹੈ ਵਰਤੋਂ ਰਿਲੇਟਿਵ ਹਿਮੀਡਿਟੀ ਨੂੰ ਮਾਪਣ ਲਈ ਵਰਤੀ ਜਾਂਦੀ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਲੈਕਟੋਮੀਟਰ ਲੈਕਟੋਮੀਟਰ ਇਸ ਵਰਡ ਤੋਂ ਜਿਹੜਾ ਹੈ ਮਤਲਬ ਨਿਕਲਦਾ ਹੈ ਕਿ ਇਲੈਕਟੋ ਲੈਕਟੋ ਮੀਸ ਹੁੰਦਾ ਮਿਲ ਕੇ ਲੈਕਟੋਮੀਟਰ ਦੀ ਜਿਹੜੀ ਵਰਤੋਂ ਉਹ ਡੈਂਸਿਟੀ ਆਫ ਮਿਲਕ ਯਾਨੀ ਕਿ ਮਿਲ ਦੀ ਕਿੰਨੇ ਦੁੱਧ ਦੀ ਕਿੰਨੀ ਡੈਂਸਿਟੀ ਹੈ ਕਿੰਨਾ ਗਾੜਾ ਹੈ ਜਾਂ ਮਿਲਕ ਕਿੰਨਾ ਸਾਫ਼ ਹੈ ਉਸ ਦੀ ਜਿਹੜੀ ਵਰਤੋਂ ਕਰਨ ਲਈ ਇਨਸਟਰੂਮੈਂਟ ਜਿਹੜਾ ਵਰਤੇ ਜਾਂਦਾ ਉਹ ਦਰ ਹੈ ਲੈਕਟੋਮੀਟਰ ਉਸ ਤੋਂ ਬਾਅਦ ਲੈਜ਼ੀਮੀਟਰ ਲੈਜ਼ੀਮੀਟਰ ਦੀ ਜਿਹੜੀ ਵਰਤੋਂ ਹੈ ਉਹ ਐਵੈਪੋਟ੍ਰਾਂਸਪੀਰੇਸ਼ਨ ਜਿਹੜਾ ਲੋਸ ਇਸ ਯਾਨੀ ਕਿ ਪੱਤਿਆਂ ਦੇ ਵਿੱਚ ਜਾਂ ਕਿੰਨਾ ਜਾਂ ਸੋਇਲ ਦੇ ਵਿੱਚ ਕਿੰਨਾ ਜਿਹੜਾ ਟ੍ਰਾਂਸਪੀਰੇਸ਼ਨ ਹੋਇਆ ਯਾਨੀ ਕਿ ਕਿੰਨੇ ਜਿਹੜੀ ਜਿਹੜਾ ਪਾਣੀ ਜਿਹੜਾ ਹੈ ਉਹ ਪਾਫ ਬਣ ਕੇ ਜਿਹੜਾ ਉੱਡਿਆ ਉਸ ਨੂੰ ਜਿਹੜਾ ਮਾਪਣ ਲਈ ਜਿਹੜੀ ਹੈ ਲੈਜ਼ੀਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਲੀਚਿੰਗ ਲੀਚਿੰਗ ਹੁੰਦਾ ਹੈ ਕਿ ਪਾਣੀ ਦਾ ਥੱਲੇ ਜਾਣਾ ਅਲੋਂਗ ਵਿਦ ਨਿਊਟਰੀਐਂਟਸ ਯਾਨੀ ਕਿ ਜਿਵੇਂ ਐਨ ਨਾਈਟ੍ਰੋਜਨ ਨੂੰ ਥੱਲੇ ਲੈ ਕੇ ਜਾਂਦਾ ਹੈ ਜਾਂ ਫਾਸਫੋਰਸ ਨੂੰ ਜਿਹੜਾ ਹੈ ਜ਼ਮੀਨ ਦੇ ਵਿੱਚ ਜਿਹੜਾ ਥੱਲੇ ਲੈ ਕੇ ਜਾਂਦਾ ਹੈ ਉਸ ਨੂੰ ਆਪਾਂ ਲੀਚਿੰਗ ਕਹਿੰਦੇ ਹਾਂ ਉਸ ਤੋਂ ਅਗਿਆ ਮੈਨੋਮੀਟਰ ਮੈਨੋਮੀਟਰ ਜਿਹੜਾ ਹੈ ਰੂਟ ਪ੍ਰੈਸ਼ਰ ਯਾਨੀ ਕਿ ਅ ਰੂਟਸ ਦੇ ਵਿੱਚ ਪਲਾਂਟ ਦੀ ਰੂਟਸ ਦੇ ਵਿੱਚ ਕਿੰਨਾ ਪ੍ਰੈਸ਼ਰ ਹੈਗਾ ਉਸ ਨੂੰ ਜਿਹੜਾ ਮਾਪਣ ਲਈ ਮੈਨੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਅਗਿਆ ਪਾਇਰਨੋਮੀਟਰ ਪਾਇਰਨੋਮੀਟਰ ਜਿਹੜੀ ਹੈ ਟੋਟਲ ਕਮ ਇਨਕਮਿੰਗ ਸੋਲਰ ਰੇਡੀਏਸ਼ਨ ਯਾਨੀ ਕਿ ਕਿੰਨੀਆਂ ਕਿਰਨਾਂ ਜਿਹੜੀ ਹੈ ਧਰਤੀ ਤੇ ਪਹੁੰਚ ਰਹੀਆਂ ਨੇ ਸੂਰਜ ਤੋਂ ਉਸ ਦੀ ਜਿਹੜਾ ਮਾਪਣ ਲਈ ਉਹ ਪਾਇਰਨੋਮੀਟਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੈ ਪੀਜ਼ੋਮੀਟਰ ਪੀਜ਼ੋਮੀਟਰ ਹੈ ਯਾਨੀ ਕਿ ਵਾਟਰ ਟੇਬਲ ਦੇ ਵਿੱਚ ਜਿਹੜੀ ਹੈ ਕਿੰਨੀ ਡੈਪਥ ਤੇ ਜਿਹੜਾ ਹੈ ਪਾਣੀ ਹੈਗਾ ਉਸ ਨੂੰ ਮਾਪਣ ਲਈ ਪੀਜ਼ੋਮੀਟਰ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹੈ ਫੋਟੋਮੀਟਰ ਫੋਟੋਮੀਟਰ ਹੈ ট্রান্সਪੀਰੇਸ਼ਨ ਜਾਂ ট্রান্সਪੀਰੇਸ਼ਨ ਲੋਸਿਸ ਜਿਹੜੇ ਹਨ ਉਸ ਨੂੰ ਮਾਪਣ ਲਈ ਜਿਹੜਾ ਇੰਸਟਰੂਮੈਂਟ ਵਰਤੇ ਜਾਂਦਾ ਉਸ ਦਾ ਨਾਮ ਹੈ ਫੋਟੋਮੀਟਰ ਉਮੀਦ ਕਰਦਾ ਹਾਂ ਅੱਜ ਦਾ ਜਿਹੜਾ ਹੈ ਲੈਕਚਰ ਸਮਝ ਆ ਗਿਆ ਹੋਵੇਗਾ ਇਸ ਲੈਕਚਰ ਦੇ ਵਿੱਚੋਂ ਮੈਂ ਤੁਹਾਨੂੰ ਦੱਸ ਦਿਨਾ ਹਾਂ ਕਿ ਜਿਹੜੇ ਜਿਹੜੇ ਬੋਲਡ ਕੀਤੇ ਜਿਹੜੇ ਅੱਖਰ ਨੇ ਤੁਸੀਂ ਇਹਨਾਂ ਨੂੰ ਜੀਹੀ ਜਿਹੜਾ ਹੈ ਜ਼ਿਆਦਾ ਧਿਆਨ ਦੇਣਾ ਹੈ ਮੈਂ ਤੁਹਾਨੂੰ ਉੱਤੇ ਵਿਖਾ ਦਿੰਦਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਵਰਡ ਨੇ ਇਸ ਤਰ੍ਹਾਂ ਦੇ ਜਿਹੜੇ ਵਰਡਸ ਨੇ ਤੁਸੀਂ ਇਸ ਦੇ ਉੱਤੇ ਜਿਹੜਾ ਹੈ ਜ਼ਿਆਦਾ ਧਿਆਨ ਦੇਣਾ ਹੈ ਮੈਂ ਤੁਹਾਨੂੰ ਇੱਥੇ ਸਟਾਰ ਲਾ ਕੇ ਵਿਦਾ ਦੱਸ ਦਿਨ ਹਾਂ ਇੱਕ ਆਹ ਤੇ ਇੱਕ ਵਿੰਡਵੈਨ ਟੈਂਸ਼ੀਓਮੀਟਰ ਤੇ ਐਨੀਮੋਮੀਟਰ ਵੀ ਬਹੁਤ ਵਾਰੀ ਜਿਹੜਾ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਬਲੈਕ ਕਿਤੇ ਵਰਡਸ ਨੇ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ ਹੈ ਉਮੀਦ ਕਰਦਾ ਹਾਂ ਅੱਜ ਦਾ ਜਿਹੜਾ ਲੈਕਚਰ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ ਹੁਣ ਮੈਨੂੰ ਦੀ ਉਹ ਇਜਾਜ਼ਤ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ